लाइफ से चाहे ओ मैं जो भी रहा नशेड़ी रहा अमली रहा गुंडा रहा बदमाश रहा डाकू रहा लड़ाका रहा किसी ने मैं करैक्टरलैस का भी तगमा दिता किसी ने मैं बेईमान का दिता किसी ने मैं क्रिमिनल का चोर यानी कि मौत सराहाने बन के सौन वाली गल सी 2 बजे भैन आ के कुंडा खड़का के दिन चढ़े तो पूरा दिन निबड़े तो देखती सी वे कि अज सुता तो नहीं पै रह गया मेरा भरा चा कदे 3-4 जाने छड़ के आते कदे दौरे पैन छड़ के जाते कदे बेहोश होए नू छड़ के जाते फुटबॉल खेलते ही वैसे गुआंढियों का किसी का घर दे उन्होंने कितने गया असी बनेरा भन के गाडरे सैट ले डैथ जोन माड़ा जोन देखा ना उत्थे तो लोग रोटी भी नहीं खाते उत्थे तो जाने के जहाज साध्या भी इधरों जहाज आ गया उधरों जहाज आ गया मोटा मोटा तो भाजी इदा कह दिना जाने के मैं कई मुंडिया भी दसदा हूं जिड़े इस यूजिंग उन्होंने समझा मैं कहना भी यार जे मेरा कला 70-80 लाख रुपया यानी कि मैं साजरे साजरे नेरे नेरे निकल जाता हूं बी भी मैंने कोई देखे ना भी उन्होंने मुंडा ये भरा कनेडा चे चाचे कने तुरै तुर के जेल चो है मैं ही औलाद बना के गया सी जी जी जो मैं अपने घर बढ़िया तो मेरे फादर साहब नूं डेकना बन्नया इधरों मैनू तोड़ा पैनिया मैनू बासिया आनिया मेरा शरीर टुटना यानी कि अंग पैर भी मेरे इदा का तोड़ च मुड़ते कई बेले तो इदा का मैं हाथ सीधे करता सी सत श्रीकाल दोस्तों स्वागत है थोड़ा अपना चैनल पी वी रोज सत्त वाले ते अज असी पहुँचे हाँ मोराली ते अज असी जिस शख्स नूं मिलाउण जा रहे हैं थोड़े नाल ते उसने गाना कीता सगा माँ दी ए लाडलीए ते गाना देखिया भी यूट्यूब दे पे बहुत ही ज़्यादा मशहूर होया सगा ते साडे नाल मौजूद ने पिंडा मोराली बाई जी बाई सत श्रीकाल जी सत श्रीकाल मोराली पिंड वालों मेरे वालों तुहानूं नगर आउण ते बहुत बहुत धन्नवाद जी आयां नूं ते ਬਾਈ ਜਿਸ ਤਰ੍ਹਾਂ ਮੈਂ ਹੁਣ ਗੱਲਬਾਤ ਕਰਕੇ ਹਟਿਆ ਵੀ ਅਸੀਂ ਗਾਣੇ ਦੇ ਕਾਰਨ ਅਸੀਂ ਆਏ ਸਕੇ ਵੀ ਚਲੋ ਗਾਣਾ ਅੱਜ ਕੱਲ੍ਹ ਜਿਸ ਤਰ੍ਹਾਂ ਮਾਹੌਲ ਹੈ ਵੀ ਆ ਗਾਣੇ ਜਾਂ ਹਥਿਆਰਾਂ ਵਾਲੇ ਹੋ ਗਏ ਜਾਂ ਦੂਜੇ ਹੋ ਗਏ ਅਤੇ ਮਾਇੰਡ ਨਾ ਕਰਿਓ ਮੈਨੂੰ ਪਤਾ ਸੁਣਨ ਵਿੱਚ ਆਇਆ ਵੀ ਚਲੋ ਵੀ ਬਾਈ ਜੀ ਜਿਹੜੀ ਲਾਈਫ ਜਿਹੜੀ ਪਹਿਲੀ ਲਾਈਫ ਸੀਗੀ ਬਹੁਤ ਹੀ ਜ਼ਿਆਦਾ ਲੜਾਈ ਝਗੜੇ ਵਾਲੀ ਨਸ਼ੇੜੀ ਜਿਸ ਤਰ੍ਹਾਂ ਵੀ ਹੁਣ ਇਹ ਸਗਾ ਹਿਸਾਬ ਕਿਤਾਬ ਅਤੇ ਮੈਨੂੰ ਮਾੜੇ ਉਹ ਪਰ ਪਹਿਲਾਂ ਪੁਰਾਣੀ ਲਾਈਫ ਬਾਰੇ ਦੱਸਿਓ ਮੈਨੂੰ ਸਾਰੀ ਲਾਈਫ ਦਾ ਆਪਣਾ ਸ਼ੁਰੂ ਤੋਂ ਦੱਸਿਓ ਵੀ ਮਤਲਬ ਤੁਸੀਂ ਪਹਿਲਾਂ ਕੀ ਸੀਗੇ ਅਤੇ ਫਿਰ ਗਾਇਕੀ ਵੱਲ ਕਿੱਦਾਂ ਹੈ ਮਤਲਬ ਮੈਨੂੰ ਦੱਸਿਓ ਤੁਸੀਂ ਭਾਅ ਜੀ ਸਭ ਤੋਂ ਪਹਿਲਾਂ ਤਾਂ ਭਾਅ ਜੀ ਇਸ ਗੱਲ ਦੀ ਸ਼ੁਰੂਆਤ ਕਰਨ 'ਚ ਮੈਂ ਦੱਸਦਾ ਵੀ ਜਿਹੜੀ ਮੇਰੀ ਪਹਿਲੀ ਲਾਈਫ ਸੀ ਚਾਹੇ ਉਹਦੇ ਵਿੱਚ ਮੈਂ ਜੋ ਵੀ ਰਿਹਾ ਨਸ਼ੇੜੀ ਰਿਹਾ ਅਮਲੀ ਰਿਹਾ ਗੁੰਡਾ ਰਿਹਾ ਬਦਮਾਸ਼ ਰਿਹਾ ਡਾਕੂ ਰਿਹਾ ਲੜਾਕਾ ਰਿਹਾ ਜੀ ਕਿਸੇ ਨੇ ਮੈਨੂੰ ਕਰੈਕਟਰਲੈਸ ਦਾ ਵੀ ਤਗਮਾ ਦਿੱਤਾ ਕਿਸੇ ਨੇ ਮੈਨੂੰ ਬੇਈਮਾਨ ਦਾ ਦਿੱਤਾ ਕਿਸੇ ਨੇ ਮੈਨੂੰ ਕ੍ਰਿਮੀਨਲ ਦਾ ਚੋਰ ਦਾ ਦਿੱਤਾ ਨਾ ਜੀ ਉਹ ਗੱਲਾਂ ਦੱਸਣ 'ਚ ਮੈਨੂੰ ਇਸ ਕਰਕੇ ਕੋਈ ਸੰਗ ਸ਼ਰਮ ਨਹੀਂ ਕਿਉਂਕਿ ਇਹ ਗੱਲਾਂ ਨੇ ਇਹ ਤਾਂ ਕਿਸੇ ਦੀ ਮਦਦ ਹੋਣੀ ਹੈ ਜੀ ਤਾਂ ਕਿਸੇ ਦੀ ਹੈਲਪ ਹੋਣੀ ਹੈ ਜੇ ਮੈਂ ਇਹ ਗੱਲਾਂ ਕਰਦਾ ਜਾਂ ਦੱਸਦਾ ਜੀ ਕਿਉਂਕਿ ਮੈਂ ਤਾਂ ਅੱਜ ਦੇ ਦਿਨ ਟਣਕਾ ਕੇ ਕਹਿੰਦਾ ਗੱਲ ਹਰੇਕ ਨੂੰ ਜੀ ਬਈ ਬਈ ਨਸ਼ਿਆਂ 'ਚ ਸਿਵੇ ਨਹੀਂ ਫੂਕ ਹੁੰਦੇ ਨਸ਼ਿਆਂ 'ਚ ਬੰਦੇ ਮਰਦੇ ਨਹੀਂ ਨਸ਼ਿਆਂ 'ਚ ਓਵਰਡੋਜ਼ੇ ਨਹੀਂ ਹੁੰਦੇ ਸੁੱਤੇ ਪਏ ਨਹੀਂ ਰਹਿੰਦੇ ਨਸ਼ੇ ਛੱਡ ਕੇ ਲੋਕਾਂ ਦੇ ਵਿਆਹ ਵੀ ਹੁੰਦੇ ਗੱਡੀਆਂ ਵੀ ਲੈਂਦੇ ਆ ਪੁੱਤ ਵੀ ਜੰਮਦੇ ਆ ਧੀਆਂ ਵੀ ਜੰਮਦੀਆਂ ਫਿਰ ਲੋਕ ਫੁੱਟਬਾਲ ਵੀ ਖੇਡ ਸਕਦੇ ਆ ਸਟਾਰ ਵੀ ਬਣ ਸਕਦੇ ਆ ਜਿੱਦਾਂ ਪਰਮਾਤਮਾ ਨੇ ਆਪਾਂ ਨੂੰ ਇਸ ਲੈਣੇ ਪਾਇਆ ਜੀ ਚਲੋ ਬਹੁਤ ਵਧੀਆ ਇਹ ਤਾਂ ਤੁਸੀਂ ਜਿਸ ਤਰ੍ਹਾਂ ਇੱਕ ਤਰ੍ਹਾਂ ਨੌਜਵਾਨਾਂ ਲਈ ਬਹੁਤ ਹੀ ਵਧੀਆ ਮਿਸਾਲ ਬਣ ਗਏ ਹੋ ਪਰ ਮੈਨੂੰ ਥੋੜ੍ਹੀ ਆਪਣੀ ਲਾਈਫ ਪੁਰਾਣੀ ਲਾਈਫ ਬਾਰੇ ਦੱਸੋ ਮਤਲਬ ਜਾਣੀ ਕਿ ਵੀ ਇਹ ਗੱਲ ਸੱਚੀ ਹੈ ਵੀ ਕਹਿੰਦੇ ਵੀ ਜਿਹੜਾ ਪਿੰਡਾ ਆ ਇਹ ਥੋੜ੍ਹੇ ਵੀ ਬਹੁਤ ਹੀ ਜ਼ਿਆਦਾ ਜਾਣੀ ਕਿ ਨਸ਼ੇ ਦੀ ਐਨ ਦਲਦਲ ਵਿੱਚ ਫਸਿਆ ਇੱਕ ਇਨਸਾਨ ਸੀਗਾ ਬਹੁਤ ਜ਼ਿਆਦਾ ਭਾਅ ਜੀ ਬਹੁਤ ਜ਼ਿਆਦਾ ਜਾਣੀ ਕਿ ਮੌਤ ਸਿਰਹਾਣੇ ਬੰਨ ਕੇ ਸੌਣ ਵਾਲੀ ਗੱਲ ਸੀ ਜੀ ਮੌਤ ਜੇ ਮੈਂ ਕਹਿ ਦੇਵਾਂ ਬਈ ਕਈ ਵਾਰ ਤਾਂ ਇੱਦਾਂ ਦੇ ਮੇਰੀ ਦੌਰ 'ਚ ਜ਼ਿੰਦਗੀ 'ਚ ਇੱਦਾਂ ਦੇ ਦਿਨ ਆਏ ਇੱਦਾਂ ਦੇ ਦੌਰ ਆਇਆ ਬਈ 1:30-2 ਵਜੇ ਮੇਰੀ ਭੈਣ ਮੇਰੇ ਕਮਰੇ 'ਚ ਆ ਕੇ ਜਾਣੀ ਕਿ ਉਹਨੇ ਮੈਨੂੰ ਪੁੱਤਾਂਗ ਪਾ ਲਿਆ ਜੀ ਉਹਨੇ ਮੇਰਾ ਮਾੜਾ ਦੌਰ ਮਾੜੇ ਇਲੈਕਸ਼ਨ ਦੀ ਸਾਰੀ ਜਾਣੀ ਕਿ ਉਹਨੇ ਜ਼ਿੰਦਗੀ ਸੰਤਾਪ ਹਟਾਇਆ ਉਹਦੇ 'ਚ ਉਹਨੂੰ ਢਿੱਡ ਦੀ ਭੁੱਖੀ ਰਹਿ ਕੇ ਮੇਰੇ ਫਿਕਰਾਂ 'ਚ ਕੈਂਸਰ ਵੀ ਹੋ ਚੱਲੀ ਸੀ ਬਈ ਉਹ 1:30-2 ਵਜੇ ਮੇਰੇ ਕਮਰੇ 'ਚ ਵੜ ਕੇ ਕਈ ਵੇਲੇ ਤਾਂ ਮੈਨੂੰ ਜਾਣੀ ਕਿ ਜਾਣ ਕੇ ਕੁੰਡੀ ਖੜਕਾਉਂਦੀ ਸੀ ਦੇਖਦੀ ਸੀ ਵੀ ਕਿਤੇ ਸੁੱਤਾ ਤਾਂ ਨਹੀਂ ਪਿਆ ਰਹਿ ਗਿਆ ਜੀ ਜੀ ਇੱਦਾਂ ਦਾ ਦੌਰ ਤੁਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਕਿਉਂਕਿ ਮੈਨੂੰ ਤਾਂ ਪਤਾ ਆ ਵੀ ਮੈਂ ਉਸ ਚੀਜ਼ 'ਚੋਂ ਨਿਕਲਿਆ ਮੇਰੀ ਫੈਮਿਲੀ ਨਿਕਲੀ ਉਹ ਜੀ ਵੀ ਉਹ 1:30-2 ਵਜੇ ਭੈਣ ਆ ਕੇ ਕੁੰਡਾ ਖੜਕਾ ਕੇ ਦਿਨ ਚੜ੍ਹੇ ਅਤੇ ਪੂਰਾ ਦਿਨ ਨਿਬੜੇ 'ਤੇ ਦੇਖਦੀ ਸੀ ਵੀ
ਕਿਤੇ ਅੱਜ ਸੁੱਤਾ ਤਾਂ ਨਹੀਂ ਪਿਆ ਰਹਿ ਗਿਆ ਮੇਰਾ ਭਰਾ, ਕਿਉਂਕਿ ਉਹਨੂੰ ਰੋਜ਼ ਇਹ ਸ਼ੱਕ ਪੈਂਦੀ ਸੀ ਵੀ ਚਾ ਕਦੇ ਤਿੰਨ ਚਾਰ ਜਾਣੇ ਛੱਡ ਕੇ ਆਉਂਦੇ ਸੀ, ਕਦੇ ਦੌਰੇ ਪੈ ਨੂੰ ਛੱਡ ਕੇ ਜਾਂਦੇ ਸੀ, ਕਦੇ ਬੇਹੋਸ਼ ਹੋਏ ਨੂੰ ਛੱਡ ਕੇ ਜਾਂਦੇ ਸੀ, ਕਦੇ ਡਿੱਗਦੇ ਆਉਂਦੇ ਸੀ, ਕਦੇ ਐਕਸੀਡੈਂਟ ਹੋ ਗਏ ਆਉਂਦੇ, ਕਦੇ ਕੋਈ ਬੰਦਾ ਵੱਢ ਕੇ ਆਉਂਦੇ ਸੀ, ਕਦੇ ਲੜ ਕੇ ਆਉਂਦੇ ਸੀ। ਅਤੇ ਮਤਲਬ ਇਹ ਨਸ਼ੇ ਜਾਣੀ ਇਹ ਨਸ਼ੇ ਦਾ ਸ਼ੌਂਕ, ਇਹ ਸ਼ੌਂਕ ਹੁੰਦਾ ਵੀ ਮਤਲਬ ਜਾਣੀ ਕਿ ਕਿੱਦਾਂ ਸ਼ੁਰੂ ਹੋਇਆ, ਜੋ ਵੀ ਮਾੜੀ ਜਿੱਦਾਂ ਕਹੋ ਮਾੜੀ ਆਦਤ ਜਾਂ ਸ਼ੌਂਕ ਦੇ ਤੌਰ 'ਤੇ ਮਤਲਬ ਇਹ ਸ਼ੁਰੂ ਕਿੱਦਾਂ ਹੋਇਆ, ਵੀ ਮਤਲਬ ਪਹਿਲਾਂ ਜਾਣੀ ਕਿ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਵੀ ਨਸ਼ਾ ਕਿਹੜਾ ਕੀਤਾ? ਇਹ ਭਾਅ ਜੀ ਸ਼ੌਂਕ ਤਾਂ ਆਪਾਂ ਜਿੱਦਾਂ ਚਲੋ ਨਸ਼ੇ ਦਾ ਕਹਿ ਨਹੀਂ ਸਕਦੇ, ਪਰ ਸਾਨੂੰ ਜ਼ਿੰਦਗੀ 'ਚ ਹਲਕੇ ਹਲਕੇ ਅਡਿਕਸ਼ਨ ਹੁੰਦੇ ਆ ਕਈਆਂ ਨੂੰ, ਕਿਸੇ ਨੂੰ ਕੁੜੀਆਂ ਦਾ ਹੁੰਦਾ, ਕਿਸੇ ਨੂੰ ਯਾਰੀ ਦੋਸਤੀਆਂ ਦਾ। ਮੈਨੂੰ ਵੀ ਜੰਗ ਵਿੱਚ ਜਦੋਂ ਪਹਿਲਾਂ ਮੈਂ ਆਪਣੇ ਯਾਦ ਕਰਕੇ ਦੱਸਾਂ ਵੀ ਮੈਂ ਫੁੱਟਬਾਲ ਖੇਡਣ ਦਾ ਮੈਨੂੰ ਬਹੁਤ ਸ਼ੌਂਕ ਸੀ, ਠੀਕ ਹੈ, ਅਤੇ ਮੈਂ ਗਰਾਊਂਡ ਜਾਣ ਲੱਗ ਪਿਆ, ਫਿਰ ਸਕੂਲ, ਫਿਰ ਕਾਲਜ, ਫਿਰ ਇੱਦਾਂ ਉਹਦੇ ਕਰਕੇ ਮੁੰਡੇ ਜਾਣਨ ਲੱਗ ਪਿਆ। ਮੈਂ ਮੁੰਡਿਆਂ 'ਚ ਜਾਣਾ ਵੀ ਜਦੋਂ ਕਿਤੇ ਜਿੱਤਣਾ ਮੈਚ ਜਿੱਤਣਾ ਜਾਂ ਕਿਤੇ ਕੋਈ ਫੰਕਸ਼ਨ ਪਾਰਟੀ 'ਤੇ ਜਾਣਾ ਇਕੱਠਿਆਂ ਨੇ, ਫਿਰ ਹਲਕਾ ਹਲਕਾ ਕੋਈ ਕਿਸੇ ਨੇ ਕਿਸੇ ਤਰ੍ਹਾਂ ਕਿਸੇ ਨੇ ਸਮੋਕ ਕਰਨਾ, ਕਿਸੇ ਨੇ ਜਰਦਾ ਖਾਣਾ। ਮੈਨੂੰ ਯਾਦ ਆ ਵੀ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਮੈਂ ਕਿਸੇ ਪਾਰਟੀ 'ਤੇ ਗਿਆ ਤਾਂ ਉਹਨਾਂ ਨਾਲ ਪਹਿਲੀ ਵਾਰ ਦੋ ਤਿੰਨ ਗਲਾਸੀਆਂ ਕਹਿ ਲਓ ਵੀ, ਜਾਣੀ ਕਿ ਪਹਿਲੀ ਸਟੈਪ ਮੇਰੀ ਜ਼ਿੰਦਗੀ 'ਚ ਬੀੜ ਦੀ ਮੈਂ ਲਈ, ਠੀਕ ਹੈ। ਉਹ ਮੈਨੂੰ ਪਤਾ ਨਹੀਂ ਲੱਗਾ ਵੀ ਬੀੜ ਤੋਂ ਸਟਾਰਟ ਹੋਇਆ ਕਦੋਂ, ਮੈਂ ਹੌਲੀ 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 ਜਿੱਦਾਂ ਦਿਨ ਮੁੜ ਦਿਨ ਕਿ ਫਿਰ ਡਰਿੰਕ ਅਤੇ ਅਲਕੋਹਲ 'ਤੇ ਆ ਗਿਆ, ਅਲਕੋਹਲ ਤੋਂ ਬਾਅਦ 'ਚ ਫਿਰ ਮੈਡੀਸਨ ਨਸ਼ੇ ਆ ਜਾਂਦੇ ਆ, ਵੀ ਕੋਈ ਕਹਿੰਦਾ ਗੋਲੀਆਂ ਖਾ ਲਾ, ਕੋਈ ਕਹਿੰਦਾ ਕੈਪਸੂਲ ਖਾ ਲਾ, ਫਿਰ ਤਾਂ ਪਿੰਡੋਂ ਮਿਲਣ ਲੱਗ ਪਿਆ, ਉੱਥੋਂ ਮਿਲਣ ਲੱਗ ਪਿਆ, ਫਿਰ ਉਸ ਤੋਂ ਬਾਅਦ 'ਚ ਫਿਰ ਸਮੈਕ ਦਾ ਦੌਰ ਚੱਲ ਪਿਆ। ਫਿਰ ਸਮੈਕ ਦਾ ਦੌਰ ਚੱਲਿਆ ਬਹੁਤ ਟਾਈਮ, ਸਮੈਕ ਭੰਗ ਚਾਰ ਤੇਰਾ ਆਖਰ ਨੂੰ ਚਿੱਟਾ। ਅਤੇ ਮੈਨੂੰ ਇਹ ਦੱਸੋ ਮਤਲਬ ਜਾਣੀ ਕਿ ਇਹ ਜਿਹੜਾ ਜਿੱਦਾਂ ਨਸ਼ਾ ਕਰਦੇ ਸੀਗੇ ਤੁਸੀਂ, ਇਹ ਪੈਸਾ ਮਤਲਬ ਕਿੱਥੋਂ ਆਉਂਦਾ ਸੀਗਾ? ਪੈਸਾ ਮਤਲਬ ਕਿੱਦਾਂ ਕ੍ਰੀਏਟ ਕਰਦੇ ਦਿੰਦੇ ਸੀ ਜਾਂ ਜ਼ਬਰਦਸਤੀ ਚੋਰੀ ਕਰਦੇ ਸੀ ਜਾਂ ਕੁਛ ਕੀ ਕਰਦੇ ਸੀ, ਕਿੱਦਾਂ ਲਿਆਉਂਦੇ ਸੀਗੇ ਮਤਲਬ ਨਸ਼ਾ? ਜਦੋਂ ਵੀ ਭਾਅ ਜੀ ਕੋਈ ਨਸ਼ੇੜੀ ਕਿਸੇ ਦਾ ਵੀ ਕੋਈ ਪੁੱਤ ਨਸ਼ੇੜੀ ਮਾਰੇ ਕਿਸੇ ਨੂੰ ਬਣਾਵੇ ਨਾ, ਜਦੋਂ ਕੋਈ ਬਣ ਜਾਂਦਾ ਅਰਲੀ ਤਾਂ ਬੰਦਾ ਚਲੋ ਘਰੋਂ ਪ੍ਰੋਵਾਈਡ ਕਿਸੇ ਨਾ ਕਿਸੇ ਤਰ੍ਹਾਂ ਹੁੰਦਾ ਰਹਿੰਦਾ। ਫੈਮਿਲੀ ਬੈਕਗਰਾਊਂਡ ਜਿੱਦਾਂ ਮੇਰੇ ਸਾਰੇ ਮੈਂਬਰ, ਮੇਰੀ ਦਾਦੀ, ਚਾਚੇ, ਤਾਏ, ਭੂਆ ਸਭ ਬਾਹਰ ਸੀਗੇ ਕਨੇਡਾ ਅਮਰੀਕਾ 'ਚ, ਪਹਿਲਾਂ ਤਾਂ ਇੱਦਾਂ ਦੀ ਕੋਈ ਘਰ 'ਚ ਟੈਨਸ਼ਨ ਨਹੀਂ ਸੀ, ਪਰ ਹੌਲੀ ਹੌਲੀ ਤਾਂ ਜਾਣੀ ਕਿ ਹਾਲਾਤ ਵੱਧ ਤੋਂ ਵੱਧ ਅੰਦਰ, ਹੁਣ 18-20 ਹਜ਼ਾਰ ਦਾ ਰੋਜ਼ ਚਿੱਟਾ ਪੀਣਾ, 20-20 ਹਜ਼ਾਰ, 30-30 ਹਜ਼ਾਰ, 40-40 ਹਜ਼ਾਰ, ਫਿਰ ਲੜਾਈਆਂ ਚੜਾਈਆਂ ਹੋਸਪਿਟਲ, ਫਿਰ ਥਾਣਿਆਂ 'ਚ, ਜੇਲ੍ਹਾਂ 'ਚ, ਫਿਰ ਕੋਰਟਾਂ 'ਚ, ਫਿਰ ਹਾਈ ਕੋਰਟ, ਜਾਣੀ ਕਿ ਇੰਨਾ ਪੈਸਾ ਕੱਢਦੇ ਕੱਢਦੇ ਜਾਣੀ ਕਿ ਕਨੇਡਾ ਅਮਰੀਕਾ ਤੱਕ ਹੀ ਘਰੋਂ ਵੀ ਬੇਦਖਲ ਕਰ ਦਿੱਤੇ ਸੀ। ਇੰਨੇ ਕੁ ਮਾੜੇ ਹਾਲਾਤ ਹੋ ਗਏ ਸੀ। ਹੁਣ ਜਿੱਦਾਂ ਆਪਾਂ ਹਵੇਲੀ ਬੈਠੇ ਹਾਂ, ਮੱਝਾਂ ਆ, ਗਾਈਆਂ, ਫਿਰ ਕਿਸੇ ਟਾਈਮ ਜੇ ਬਜ਼ੁਰਗ ਦਾ ਕੱਟਾ ਦਿਸਿਆ ਤਾਂ ਇੱਦਾਂ ਦੇਖਣਾ ਆਲਾ ਦੁਆਲਾ ਕੱਟਾ ਹੀ ਖੋਲ੍ਹ ਕੇ ਲੈ ਜਾਣਾ, ਕਿਉਂਕਿ ਨਸ਼ੇੜੀ ਨੇ ਤਾਂ ਨਸ਼ਾ ਲੈਣਾ, ਉਹਨੇ ਨਹੀਂ ਦੇਖਣਾ ਵੀ ਬੁੜੀਆਂ ਦੇ ਸੂਟ ਪਏ ਆ। ਮੈਂ ਖੁਦਾ ਦੱਸਦਾ ਵੀ ਮੇਰੇ ਸੈਸਟਰ ਪੜ੍ਹਾਉਂਦੇ ਹੁੰਦੇ ਸੀਗੇ, ਉਹਨੇ ਸਵੇਰ ਨੂੰ 9 ਵਜੇ ਘਰੋਂ ਚੱਲ ਜਾਣਾ, ਮਾਲਪੁਰ ਸਟੱਡੀ ਕਰਵਾਉਂਦੇ ਸੀ, ਉਹਨਾਂ ਦੇ ਮਗਰੋਂ ਪਹਿਲਾਂ ਤਾਂ ਜਿੱਦਾਂ ਮੈਂ ਪੈਸੇ ਚੱਕਣ ਲੱਗਾ, ਜਾਣੀ ਕਿ ਉਹਨਾਂ ਦੇ ਬੈਂਕ, ਉਹਨਾਂ ਦੇ ਜਿਹੜੀ ਕਾਪੀਆਂ ਹੁੰਦੀਆਂ ਜਾਂ ਉਹਨਾਂ 'ਚ ਜਮ੍ਹਾਂ ਹੁੰਦੇ ਸੀ ਜਾਂ ਅਲਮਾਰੀਆਂ 'ਚ ਹੁੰਦੇ ਸੀ, ਉਹ ਕੱਢਣ ਲੱਗਾ ਹੌਲੀ 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 ਹੌਲੀ। ਹੁਣ ਸਾਲ ਦਰ ਸਾਲ ਉਹਨਾਂ ਨੂੰ ਵੀ ਇਹ ਚੀਜ਼ਾਂ ਪਤਾ ਲੱਗ ਜਾਂਦੀਆਂ। ਇਹ ਤਾਂ ਐਸੇ ਹਾਲਾਤ ਹੋ ਗਏ ਸੀ ਵੀ ਆਟਾ ਵੀ ਕਿਸੇ ਟਾਈਮ ਤਾਂ ਘੱਟ ਦਾ ਕਰਕੇ ਵੇਚ ਦਿੰਦੇ ਸੀ, ਪੱਖਾ ਲਾ ਲਿਆ, ਕੂਲਰ ਲਾ ਲਿਆ, ਕੱਟਾ ਵੇਚ ਦਿੱਤਾ, ਮੱਝ ਵੇਚ ਦਿੱਤੀ, ਜਾਣੀ ਕਿ ਨਸ਼ਾ ਕਰਨਾ ਇੱਕ ਟਾਈਮ ਤਾਂ ਇੱਦਾਂ ਦੇ ਭਾਅ ਜੀ ਹਾਲਾਤ ਆ ਗਏ ਸੀ। ਮੈਂ ਆਪਣਾ ਐਕਸਪੀਰੀਅੰਸ ਦੱਸ ਦਾਂ ਜ਼ਿੰਦਗੀ ਦਾ ਵੀ, ਅਸੀਂ 4-5 ਮੁੰਡੇ ਸੀ ਪਿੰਡ ਦੇ, ਉਹ ਵੀ ਪੇਂਡੂ ਸੀ, ਫੁੱਟਬਾਲ ਖੇਡਦੇ ਵੀ ਅਸੀਂ, ਗੁਆਂਢੀਆਂ ਦਾ ਕਿਸੇ ਦਾ ਘਰ ਦੇ ਉਹਨਾਂ ਦੇ ਕਿਤੇ ਗਿਆ ਸੀ, ਬਨੇਰਾ ਭੰਨ ਕੇ ਗਾਡਰੇ ਸੱਟ ਲਏ, ਰੇੜੇ 'ਤੇ ਲੱਦਿਆ, ਕੁਆੜੀਆਂ ਦੇ ਸਿੱਟਿਆ ਅਤੇ ਸੈਂਸੀਆਂ ਦੇ ਜਾ ਗਏ, ਮਾਲ ਲੈ ਕੇ ਛੱਕ ਲਿਆ। ਬਹੁਤ ਗੰਦੇ ਹਾਲਾਤ ਹੋ ਗਏ ਸੀ। ਅਤੇ ਕੋਈ ਮਤਲਬ ਕੋਈ ਘਟਨਾ, ਕੋਈ ਕਿੱਸਾ, ਮਤਲਬ ਜਿਸ ਤਰ੍ਹਾਂ, ਕਿਉਂਕਿ ਜਿਹੜੀ ਤੁਸੀਂ ਇੱਕ ਮਿਸਾਲ ਆ ਅੱਜ ਕੱਲ੍ਹ ਦੇ ਨੌਜਵਾਨੀ ਲਈ, ਇਹ ਮੈਂ ਤਾਂ ਪੁੱਛ ਰਿਹਾ ਕਿਉਂਕਿ ਤੁਹਾਨੂੰ ਸੁਣ ਕੇ ਬਹੁਤ ਬੰਦਿਆਂ ਨੂੰ ਇਹ ਸੇਧ ਮਿਲਣੀ ਆ। ਮਤਲਬ ਕੋਈ ਇੱਕ ਇੱਦਾਂ ਦਾ ਕੋਈ ਕਿੱਸਾ ਜਿਹੜਾ ਸਾਡਾ ਮਾੜਾ ਟਾਈਮ, ਮਤਲਬ ਜਿੱਦਾਂ ਬੰਦਾ ਟੀਕਾ ਲਗਾ ਕੇ ਜਿੱਦਾਂ ਨਾ ਉਹ ਜਿੱਦਾਂ ਡਿੱਗ ਜਾਂਦਾ ਹੈ ਕੋਈ, ਜਿੱਦਾਂ ਇਹੀ ਦੱਸ ਦਿਉ ਵੀ ਜਾਣੀ ਕਿ ਪਹਿਲੀ ਵਾਰ ਟੀਕਾ ਕਦ ਲਾਇਆ, ਮਤਲਬ ਟੀਕਾ ਲਗਾਇਆ ਕਦੇ? ਹਾਂਜੀ ਹਾਂਜੀ ਭਾਅ ਜੀ, ਟੀਕਾ ਲਾਇਆ, ਕਿਉਂਕਿ ਤੁਹਾਨੂੰ ਮੈਂ ਦੱਸਿਆ ਕੋਈ ਵੀ ਨਸ਼ੇੜੀ ਬਣਦਾ, ਕੋਈ ਵੀ ਓਵਰਡੋਜ਼ ਹੁੰਦਾ ਜਾਂ ਮਾਰਦਾ, ਕਿਸੇ ਨੂੰ HIV ਏਡਸ ਹੁੰਦੀ ਹੈ, ਕਿਸੇ ਦੇ ਫੇਫੜੇ ਗਲ ਕੇ ਉਹਨੂੰ ਫੇਫੜਿਆਂ ਦੀ TB ਹੋ ਜਾਂਦੀ ਹੈ, ਕਿਸੇ ਨੂੰ ਕਿਡਨੀਆਂ ਦੀ ਹੋ ਜਾਂਦੀ ਹੈ, ਕਿਸੇ ਦੇ ਕਿਡਨੀਆਂ ਗੋਡਿਆਂ 'ਚ ਪਾਣੀ ਭਰ ਲੱਗ ਪੈਂਦਾ, ਕਿਸੇ ਦਾ ਬਲੱਡ ਪਤਲਾ ਹੋ ਕੇ ਨਾਸਾਂ ਰਾਹੀਂ ਨਿਕਲਣ ਲੱਗ ਪੈਂਦਾ। ਉਹ ਸਟਾਰਟ ਛੋਟੇ ਤੋਂ ਛੋਟੇ ਨਸ਼ੇ ਤੋਂ ਹੁੰਦੇ ਆ ਸਾਰੀ ਦੁਨੀਆ ਨਾ। ਮੈਂ ਵੀ ਹੋਇਆ ਤਾਂ 20 ਤੋਂ ਸਟਾਰਟ ਸੀ, ਇੱਦਾਂ ਮੈਂ ਲੜਾਈਆਂ ਕਰਦਾ ਕਰਦਾ ਡਿਸਟ੍ਰਿਕਟ ਜੇਲ੍ਹ ਪਹੁੰਚ ਗਿਆ। ਡਿਸਟ੍ਰਿਕਟ ਜੇਲ੍ਹ 'ਚ ਜਾ ਕੇ ਉੱਥੇ ਬਾਹਰ ਲਿਖਿਆ ਸੀ ਸੁਧਾਰ ਕਰ, ਪਰ ਸੁਧਾਰ ਕਰ ਕਰਦਾ ਮੈਂ ਜਾਣੀ ਕਿ ਜਿੰਨਾ ਜੇਲ੍ਹਾਂ 'ਚ ਭਾਅ ਜੀ ਡੈਥ ਜੋਨ ਮਾੜਾ ਜੋਨ ਦੇਖਿਆ ਨਾ, ਉੱਥੇ ਤਾਂ ਲੋਕ ਰੋਟੀ ਵੀ ਨਹੀਂ ਖਾਂਦੇ,
ਉੱਥੇ ਤਾਂ ਜਾਣੀ ਕਿ ਜਹਾਜ਼ ਸਾਧਿਆ ਵੀ ਇੱਧਰੋਂ ਜਹਾਜ਼ ਆ ਗਿਆ, ਉੱਧਰੋਂ ਜਹਾਜ਼ ਆ ਗਿਆ, ਇੱਧਰੋਂ ਕੈਪਸੂਲ ਆ ਗਿਆ, ਉੱਧਰੋਂ ਗੋਲੀਆਂ ਆ ਗਈਆਂ ਵੀ ਮੇਰੇ ਇੱਦਾਂ ਹੀ ਮੇਰੇ ਮੈਂ ਮੈਨੂੰ ਦੋ ਤਿੰਨਾਂ ਮਹੀਨਿਆਂ ਬਾਅਦ ਉੱਥੇ ਕਿਸੇ ਬੰਦੇ ਨੇ ਕਿਹਾ ਵੀ ਆਪਾਂ ਤੈਨੂੰ ਕੋਈ ਨਵਾਂ ਨਸ਼ਾ ਚੈੱਕ ਕਰਾਉਣਾ ਵੀ ਸਿਰੇ ਦਾ ਹੀ ਆ ਵੀ, ਕਿਉਂਕਿ ਅਮਲੀ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਇਹ ਹੁੰਦਾ ਵੀ ਉਹ ਜਿਹੜਾ ਨਸ਼ਾ ਲੈਂਦਾ ਉਹਨੂੰ ਉਹ ਤੋਂ ਸਬਰ ਨਹੀਂ ਆਉਂਦਾ, ਉਹ ਤਾਂ ਹੀ ਮਰਦੇ ਵੀ ਤਾਂ ਹੀ ਵੀ ਉਹ ਦੈਨ ਮੋੜ ਦੀ ਬਿਮਾਰੀ, ਉਹ ਕਹਿੰਦਾ ਹੋਰ ਹੋਵੇ। ਏਦਾਂ ਬੰਦੇ ਸੀਗੇ ਜਿੱਦਾਂ ਉੱਦਾਂ ਸਿੱਖ ਸੀਗੇ, ਉਹ ਮਰਡਰ ਕੇਸ 'ਚ ਸੀ, ਉਹ ਮੈਨੂੰ ਬਾਥਰੂਮਾਂ 'ਚ ਲੈ ਗਿਆ। ਠੀਕ ਹੈ, ਮੈਂ ਕਿਹਾ ਕੁਛ ਖੜਾਊਗੇ ਖੜਿਆ ਮੂੰਹ ਰਾਹੀਂ ਜਿੱਦਾਂ ਸਰਗੁਰ ਸਰਗੁਰ ਦਊਗੇ, ਉਹਨੇ ਭਾਅ ਜੀ ਐਡੇਡੀਆਂ ਛੋਟੀ ਛੋਟੀਆਂ ਸ਼ੀਸ਼ੀਆਂ ਕੱਢ ਲਈਆਂ ਬਸ, ਵੀ ਉਹਨੇ ਸਿਰੰਜ ਕੱਢੀ ਅਤੇ ਸ਼ੀਸ਼ੀ 'ਚ ਇੱਧਰੋਂ ਭਰਿਆ ਇੱਧਰੋਂ ਭਰਿਆ, ਪਹਿਲਾਂ ਆਪਣੀ ਠੋਕ ਉਹਦੇ ਠੋਕ ਉਹਦੇ ਠੋਕ, ਉਹ ਜਾਣੀ ਕਿ ਜਦੋਂ ਐਨ ਮੁਕਾਉਂਦੇ ਮੁਕਾਉਂਦੇ ਇੰਨਾ ਕੁ ਰਹਿ ਗਿਆ ਨਾ, ਉਹਨਾਂ ਨੂੰ ਤਾਂ ਇੱਦਾਂ ਲੱਗਦਾ ਸੀ ਵੀ ਉਹਨਾਂ ਦੇ ਮੂੰਹ 'ਚੋਂ ਝੱਗ ਜੇ ਆਉਣ ਲੱਗ ਪਈ ਤਾਂ ਦਿਸਣੋਂ ਹਟਣ ਵਾਲਾ ਕੰਮ ਹੋ ਗਿਆ। ਠੀਕ, ਉਹ ਬਾਅਦ 'ਚ ਮੇਰੇ ਦੁਆਲੇ ਹੋ ਗਿਆ ਮੇਰੀਆਂ, ਉਹਨਾਂ ਤੋਂ ਫੜ ਵੀ ਨਾ ਹੁਣ, ਕਦੇ ਇੱਦਾਂ ਬਾਹਾਂ ਫੜਨ, ਕਦੇ ਕਿਤੇ ਉਹ ਫੜਨ, ਕਦੇ ਕਿਸੇ ਨਾੜ 'ਚ ਕੱਢਣ, ਕਦੇ ਜਿੱਥੇ ਕੱਢਣ ਐਡਾ ਸਾਰਾ ਡੁਮਰੂ ਜਿਹਾ ਇੱਦਾਂ ਭੂਫੜਾ ਜਿਹਾ ਫੁੱਲ ਜਿਹਾ ਅਤੇ ਚੰਗਾ ਖੂਨ ਨਿਕਲੇ। ਮੈਂ ਤਾਂ ਇੱਦਾਂ ਡਰ ਕੇ ਪੁੰਜੇ ਬਹਿ ਗਿਆ, ਮੈਂ ਕਿਹਾ ਯਾਰ ਮੈਂ ਨਹੀਂ ਇਹ ਨਸ਼ਾ ਕਰਨ, ਉਹ ਹਟੇ ਹੀ ਨਹੀਂ ਹਟੇ ਨਹੀਂ, ਪਤਾ ਨਹੀਂ ਉਹਨੇ ਮੇਰੀ ਕਿਹੜੀ ਨਾੜ 'ਚੋਂ ਠੋਕ ਦਿੱਤਾ, ਜਿੱਦਾਂ ਹੀ ਠੋਕਿਆ ਮੈਨੂੰ ਜਾਣ ਕੇ ਇੰਨਾ ਕੁ ਦਿਸਿਆ ਵੀ ਮੇਰੇ ਹੱਥ ਪੈਰ, ਮੈਂ ਕਿਹਾ ਖਰੇ ਦੱਬਿੰਗ ਗਏ ਹੁੰਦੇ, ਮੈਨੂੰ ਜਿੱਦਾਂ ਹੱਥ ਪੈਰ ਮੋੜਨ ਲੱਗ ਪਿਆ, ਫਿਰ ਦੌਰਾ ਪੈ ਗਿਆ, ਮੈਂ ਉੱਥੇ ਡਿੱਗ ਪਿਆ। ਬਾਅਦ 'ਚ ਮੈਨੂੰ ਮੁੰਡਿਆਂ ਨੇ ਦੱਸਿਆ ਵੀ ਵੀ ਤੂੰ ਟੋਲਟਾ 'ਚ ਡਿੱਗਿਆ ਪਿਆ ਸੀ, ਤੈਨੂੰ ਉੱਥੋਂ ਚੱਕ ਕੇ ਲਿਆਏ ਆ, ਡੇਢ ਦੋ ਦਿਨ ਤਾਂ ਤੂੰ ਬੇਹੋਸ਼ ਹੈ ਰਿਹਾ, ਜਦੋਂ ਬੇਹੋਸ਼ ਹੋ ਕੇ ਤੈਨੂੰ ਸੁੱਤ ਵੀ ਆਈ ਆ, ਝੱਗ ਝੁੱਗ ਤੇਰੀ ਮੂੰਹ 'ਚੋਂ ਨਿਕਲਣ ਨੂੰ ਹਟੀ ਆ, ਫਿਰ ਤੂੰ ਜਦੋਂ ਉੱਠ ਕੇ ਬੈਠਾ ਫੇਰ ਵੀ ਡੇਢ ਦੋ ਦਿਨ ਤੂੰ ਜਾਣ ਕੇ ਤਿੰਨ ਸਾਢੇ ਤਿੰਨ ਦਿਨ ਮੈਂ ਲਗਾਤਾਰ ਜਾਣ ਕੇ ਮੇਰੀਆਂ ਅੱਖਾਂ ਹੀ ਨਹੀਂ ਭਾਅ ਜੀ ਬੰਦ। ਕਿੰਨੇ ਕਦਾ ਜਾਣ ਕੇ ਵੀ ਕਿੰਨਾ ਕੁ ਪੈਸਾ ਖਰਾਬ ਕਰ ਚੁੱਕਿਆ ਨਸ਼ੇ ਦੇ ਵਿੱਚ, ਕੁਛ ਹੈ ਯਾਦ ਜਾਂ ਮੋਟਾ ਮੋਟਾ ਅੰਦਾਜ਼ਾ ਦੱਸ ਦਿਓ? ਮੋਟਾ ਮੋਟਾ ਤਾਂ ਭਾਅ ਜੀ ਇੱਦਾਂ ਕਹਿ ਦਿੰਦਾ ਜਾਣ ਕੇ ਮੈਂ ਤਾਂ ਕਈਆਂ ਮੁੰਡਿਆਂ ਨੂੰ ਵੀ ਦੱਸਦਾ ਹੁੰਦਾ ਜਿਹੜੇ ਵਿੱਚ ਯੂਜ਼ਿੰਗ 'ਚ ਜਾਂ ਉਹਨਾਂ ਨੂੰ ਸਮਝਾਉਂਦਾ ਮੈਂ ਕਹਿੰਦਾ ਵੀ ਯਾਰ ਜੇ ਮੇਰਾ ਇਕੱਲਾ 70-80 ਲੱਖ ਰੁਪਈਆ ਤਾਂ ਵਕੀਲਾਂ ਜੱਜਾਂ 'ਤੇ ਲੱਗ ਗਿਆ, ਫਿਰ ਨਸ਼ੇ 'ਤੇ ਕਿੰਨਾ ਲੱਗਾ ਹੋਊ ਮੇਰੀ ਫੈਮਿਲੀ ਦਾ ਮੇਰੇ ਘਰ ਦਾ? ਕਿਸੇ ਟਾਈਮ ਜਾਣੀ ਕਿ ਆਪਣੇ ਵਿਲੇਜ 'ਚੋਂ ਜਾਣੀ ਕਿ ਟੋਪ ਦੇ ਕਿਸਾਨ ਸੀਗੇ, ਟੋਪ ਦੇ ਗੱਡੀਆਂ ਵਾਲੇ ਸੀ, ਕੰਟੈਂਸਾ ਗੱਡੀ ਹੁੰਦੀ ਸੀ, 4 ਟਰੈਕਟਰ ਸੀ, ਨਵਾਂ ਬੋਲਟ ਸੀ 500 cc। ਕਿਸੇ ਟਾਈਮ ਤਾਂ ਇੱਦਾਂ ਦੇ ਹਾਲਾਤ ਆ ਗਿਆ ਸੀ ਵੀ ਮੈਂ ਇੱਥੋਂ ਮੇਰਾ 5 ਕਿਲੋਮੀਟਰ ਕਿਤਨੇ ਦੇ ਪਿੰਡ ਕਿਤਨੇ ਸਾਡੀ ਜ਼ਮੀਨ ਹੈ, ਜਾਣੀ ਕਿ ਮੈਂ ਸਾਜਰੇ ਹਨੇਰੇ ਹਨੇਰੇ ਨਿਕਲ ਜਾਂਦਾ ਹੁੰਦਾ ਸੀ ਬਈ ਵੀ ਮੈਨੂੰ ਕੋਈ ਦੇਖੇ ਨਾ ਵੀ ਉਹਨਾਂ ਦਾ ਮੁੰਡਾ ਇਹਦੇ ਭਰਾ ਕਨੇਡਾ 'ਚ ਇਹਦੇ ਚਾਚੇ ਕਨੇਡਾ, ਇਹ ਤੁਰਿਆ ਤੁਰ ਕੇ ਅਤੇ ਕੱਪੜੇ ਨੇ ਇੱਦਾਂ ਕਿਉਂ ਗੰਦੇ ਪਾ? ਮੈਂ ਸਾਜਰੇ ਨਿਕਲ ਜਾਣਾ ਕਿਉਂਕਿ ਮੇਰੇ ਤੋਂ ਮੋਟਰਸਾਈਕਲ ਤਾਂ ਕਿ ਮੇਰੇ ਕੋਲ ਤਾਂ ਸਾਈਕਲ ਦੇ ਵੀ ਪੈਸੇ ਨਹੀਂ ਸੀ ਬੱਚੇ। ਉਹਨੂੰ ਦੱਸਿਆ ਵੀ ਜਿਹੜਾ ਬੰਦਾ ਆਟਾ ਵੇਚ ਕੇ ਖਾ ਜਾਂਦਾ ਕਿਚਨ ਦਾ, ਬੁੜੀਆਂ ਦੇ ਸੂਟ ਵੇਚ ਕੇ ਜਿਹੜੇ ਪੇਟੀਆਂ 'ਚ ਪੈ ਜਾਂਦੇ ਸ਼ਗਨ ਵਾਲੇ ਉਹ ਵੀ ਚੱਕ ਕੇ ਉਹਨਾਂ ਨੂੰ ਦੇ ਨਸ਼ਾ ਲੈ ਲਿਆ, ਉਹਨੇ ਕੀ ਛੱਡਣਾ? ਅਤੇ ਵੀਰ ਜੀ ਇਹ ਦੱਸੋ ਮਤਲਬ ਜਿੱਦਾਂ ਵੀ ਇੰਨਾ ਨਸ਼ੇ ਦੀ ਦਲਦਲ ਵਿੱਚ ਫਸਿਆ ਇਨਸਾਨ, ਮਤਲਬ ਵੀ ਕਿੱਦਾਂ ਮਨ ਨੂੰ ਵੀ ਲੱਗਿਆ ਵੀ ਇਹ ਤੋਂ ਬਾਹਰ ਨਿਕਲਾਂ, ਵੀ ਮੋੜਾ ਕਿੱਦਾਂ ਪਿਆ ਇਸ ਨਸ਼ੇ ਦੀ ਵਾਲੀ ਦੁਨੀਆ ਦੇ ਬਾਹਰ ਨਿਕਲਣ ਦਾ? ਉਹ ਤਾਂ ਭਾਅ ਜੀ ਜਿੱਦਾਂ ਨਾ ਵੀ ਇੱਕ ਨਸ਼ਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇੱਕ ਛੱਡਿਆ ਦੂਆ ਫੜ, ਦੂਆ ਛੱਡਿਆ ਤੀਆ, ਇੱਕ ਕੇਸ ਪੈ ਦੂਜਾ, ਦੂਜਾ ਪੈ ਤੀਜਾ, ਇੱਕ ਜੇਲ੍ਹ ਜਾ ਦੂਜੀ ਜੇਲ੍ਹ, ਇਹ ਸਿਲਸਿਲਾ ਚੱਲਦਾ। ਇੱਕ ਟਾਈਮ ਇੱਕ ਵਾਰ ਮੈਂ ਲੌਂਗ ਟਾਈਮ ਲਈ ਜੇਲ੍ਹ 'ਚ ਫਸ ਗਿਆ, ਮਿੱਤੇ ਜਾਣਗੇ ਸਾਲਾਂ ਦਾ ਦੌਰ ਚੱਲਿਆ। ਉਹ ਮੈਨੂੰ ਬੜਾ ਚਾਅ ਸੀ, ਬੜੀ ਖੁਸ਼ੀ ਸੀ ਮੇਰੇ ਦਿਲ ਅੰਦਰ ਵੀ ਮੈਂ ਹੁਣ ਜਦੋਂ ਮੇਰੀ ਬੇਲ ਹੋਈ ਆ, ਜਮਾਨਤ ਹੋਈ, ਉਹਦੇ ਵਿੱਚ 25-26 ਸਾਲੀ ਜੀ ਜੀ, ਵੀ ਹੁਣ ਮੈਂ ਘਰ ਜਾਣਾ ਹੈ। ਬਹੁਤ ਵੇਟ ਕੀਤੀ ਕਿਉਂਕਿ ਬਹੁਤ ਨਸ਼ਾ ਕੀਤਾ, ਬਹੁਤ ਮਾੜੇ ਜ਼ੋਰ ਉੱਥੇ ਵੀ ਬਹੁਤ ਮਾੜੇ ਦਿਨ ਦੇਖੇ ਜੀ। ਮੈਨੂੰ ਬੜਾ ਚਾਅ, ਫਿਰ ਇੱਦਾਂ ਮੇਰੇ ਬ੍ਰਦਰ ਆਏ, ਮੈਨੂੰ ਮੇਰੀ ਬੇਲ ਭਰਾਈ, ਜੇਲ੍ਹ 'ਚੋਂ ਮੈਨੂੰ ਲੈ ਕੇ ਆਏ, ਮੈਂ ਘਰ ਪੁੱਜਾ। ਲੇਕਿਨ ਘਰ ਜਿਹੜੇ ਮੈਂ ਹਾਲਾਤ ਦੇਖੇ ਫਿਰ ਉਹ ਜਿੱਦਾਂ ਕੋਈ ਬੰਦਾ ਕੈਨੇਡਾ ਤੋਂ ਆਉਂਦਾ, ਅਮਰੀਕਾ ਤੋਂ ਆਉਂਦਾ, ਮੈਂ ਤਾਂ ਜੇਲ੍ਹ 'ਚੋਂ ਆਇਆ, ਮੈਂ ਹੀ ਉਹ ਹਾਲਾਤ ਬਣਾ ਕੇ ਗਿਆ ਸੀ ਜੀ ਜੀ। ਜਦੋਂ ਮੈਂ ਆਪਣੇ ਘਰ ਵੜਿਆ ਤਾਂ ਮੇਰੇ ਫਾਦਰ ਸਾਹਿਬ ਨੂੰ ਡੇਕ ਨਾਲ ਬੰਨਿਆ ਸੀ। ਅੱਛਾ ਜੀ, ਸੰਗਲਾਂ ਨਾਲ ਜੀ। ਮੈਂ ਪੁੱਛਿਆ, ਮੈਂ ਕਿਹਾ ਦਾਦਾ ਮੈਨੂੰ ਤਾਂ ਉਹਨੇ ਦੱਸੀ ਨਹੀਂ ਸੀ, ਕਹਿੰਦੇ ਦਾਦਾ ਬਈ ਘਰ ਦੇ ਦੱਸਦੇ, ਬਾਕੀ ਜੀ ਦੱਸਦੇ ਬਈ ਬਈ ਸਭ ਤੋਂ ਪਹਿਲਾਂ ਤਾਂ ਮੇਰੀ ਜਿਹੜੀ ਸਿਸਟਰ ਸੀ ਉਹਨਾਂ ਦੀ ਮੈਰਿਜ ਟੁੱਟ ਗਈ ਤੁਹਾਡੇ ਕਰਕੇ। ਹਾਂਜੀ ਹਾਂਜੀ, ਬਾਹਰ USA ਵਿਆਹੇ ਸੀ ਉਹਨਾਂ ਦੇ, ਉਹਨਾਂ ਦਾ ਤਲਾਕ ਹੋ ਗਿਆ। ਦੂਜੀ ਗੱਲ, ਮੇਰੇ ਫਾਦਰ ਸਾਹਿਬ ਮੇਰੀਆਂ ਟੈਨਸ਼ਨਾਂ ਲੜਾਈਆਂ ਚੜਾਈਆਂ ਨਸ਼ਿਆਂ ਕਰਕੇ ਉਹ ਸਾਈਕੋ ਹੋ ਗਿਆ। ਉਹਨਾਂ ਨੂੰ 2-3 ਹੋਰ ਵਾਰ ਹੋਸਪਿਟਲਾਂ 'ਚ ਕਦੇ ਕਿਤੇ ਲਿਜਾਣਾ ਪੈਂਦਾ, ਕਦੇ ਕਿਤੇ, ਅਤੇ ਉਹ ਵੱਧਦੇ ਗਏ ਜਿੱਦਾਂ ਟੈਨਸ਼ਨਾਂ 'ਚ। ਜਦੋਂ ਮੈਂ ਘਰ ਆਇਆ ਤਾਂ ਉਹਨਾਂ ਨੂੰ ਸੰਗਲਾਂ ਨਾਲ ਬੰਨਿਆ ਸੀ। ਠੀਕ ਹੈ, ਇਹ ਚੀਜ਼ਾਂ ਨੇ ਫਿਰ ਮੇਰੇ ਜਾਣੀ ਕਿ ਇਹ ਚੀਜ਼ਾਂ ਨੇ ਠੋਕਰ ਲੱਗੀ ਮਨ ਨੂੰ, ਠੋਕਰ ਵੱਜੀ ਇਹ। ਅਤੇ ਦੂਜੀ ਗੱਲ ਆ, ਜਿਹੜੇ ਮੇਰੇ ਸਿਸਟਰ ਸੀ ਉਹਨੇ ਮੈਨੂੰ
ਉਹ ਤਾਂਗ ਪਾ ਲਿਆ ਬਚਪਨ ਤੋਂ ਠੀਕ ਹੈ ਜੇਲ੍ਹਾਂ ਠਾਣਿਆਂ 'ਚ ਵੀ ਸਭ ਜਗ੍ਹਾ ਉਹਨੇ ਸਾਥ ਦਿੱਤਾ ਜਦੋਂ ਘਰ ਆ ਕੇ ਡੈਡੀ ਦਾ ਪਤਾ ਲੱਗਾ ਨਾਲੇ ਰਾਤ ਨੂੰ ਮੇਰੀ ਮਾਸੀ ਦੀ ਕੁੜੀ ਨੇ ਦੱਸਿਆ ਵੀ ਤੇਰੇ ਜਿੰਨੇ ਸਾਲ ਤੂੰ ਜੇਲ੍ਹਾਂ ਠਾਣਿਆਂ 'ਚ ਜਾਂ ਨਸ਼ੇ 'ਚ ਹੋਸਪਿਟਲਾਂ 'ਚ ਰਿਹਾ ਵੀ ਪਹਿਲੀ ਗੱਲ ਤਾਂ ਉਹ ਖਾਂਦੇ ਪੀਂਦੇ ਨਹੀਂ ਟਾਈਮ ਟੂ ਟਾਈਮ ਫਾਦਰ ਵੀ ਤੇਰੇ ਅਤੇ ਸਿਸਟਰ ਵੀ ਅਤੇ ਉਹਨਾਂ ਦੀ ਵੀ ਜ਼ਿੰਦਗੀ ਖਰਾਬ ਹੋ ਗਈ ਉਹਨਾਂ ਦਾ ਘਰ ਵੀ ਟੁੱਟ ਗਿਆ ਰਸਤਾ ਵੀ ਟੁੱਟ ਗਿਆ ਦੂਜੀ ਗੱਲ ਇਹਨਾਂ ਨੂੰ ਢਿੱਡ ਦੀ ਵੀ ਕੈਂਸਰ ਉਹ ਚੱਲੀ ਹੈ ਵੀ ਉਹਨਾਂ ਦੀ ਇਨਫੈਕਸ਼ਨ ਹੱਟਦੀ 2 ਸਾਲ ਅੱਗੇ ਦਵਾਈ 'ਚ ਠੀਕ ਹੈ ਇਹ ਮੈਨੂੰ ਜਾਣੀ ਕਿ ਇਸ ਚੀਜ਼ ਨੇ ਮੇਰੀ ਲੋਹੀ ਖੜੀ ਕਰ ਦਿੱਤੀ ਇੱਕ ਫਾਦਰ ਸਾਹਿਬ ਵੱਲ ਦੇਖ ਕੇ ਸਿਸਟਰ ਵੱਲ ਦੇਖ ਕੇ ਹਾਲਾਤ ਦੇਖ ਕੇ ਫਿਰ ਇਹ ਮੈਂ ਦੂਜੇ ਚੌਥੇ ਦਿਨ ਪਹਿਲਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਮੈਡੀਸਨ ਤੋੜਾਂ 'ਚ ਇੱਦਾਂ ਇੱਧਰ ਉਹਨਾਂ ਨੂੰ ਮੈਂ ਨਵੇਂ ਸ਼ਹਿਰ ਚੰਡੀਗੜ੍ਹ ਰੋਡ 'ਤੇ ਹੋਸਪਿਟਲ ਹੈ ਉੱਥੇ ਐਡਮਿਟ ਕਰਾਇਆ ਸੀ ਕਿਉਂਕਿ ਉਹ ਸਾਈਕੋ ਹੋ ਗਿਆ ਸੀ ਉੱਧਰੋਂ ਮੈਨੂੰ ਤੋੜਾਂ ਪੈਣੀਆਂ ਮੈਨੂੰ ਵਾਸੀਆਂ ਆਉਣੀਆਂ ਮੇਰਾ ਸਰੀਰ ਟੁੱਟਣਾ ਯਾਨੀ ਕਿ ਅੰਗ ਪੈਰ ਵੀ ਮੇਰੇ ਇੱਦਾਂ ਦਾ ਤੋੜ 'ਚ ਮੁੜਦੇ ਸੀਗੇ ਕਈ ਵੇਲੇ ਤਾਂ ਇੱਦਾਂ ਦਾ ਮੈਂ ਹੱਥ ਸਿੱਧੇ ਕਰਦਾ ਸੀ ਬਹੁਤ ਬੁਰਾ ਦੌਰ ਮੇਰੀ ਜ਼ਿੰਦਗੀ ਦਾ ਮੈਂ ਉਹ ਕਹਿ ਸਕਦਾ ਵੀ ਯਾਨੀ ਕਿ ਕਿਉਂਕਿ ਇੰਨੇ ਦੁੱਖ ਮੇਰੇ 'ਤੇ ਇਕੱਠੇ ਪੈ ਗਏ ਫਿਰ ਪਰ ਮੈਂ ਸੋਚ ਲਿਆ ਵੀ ਮੈਂ ਹੁਣ ਇਸ ਦੁੱਖ 'ਚੋਂ ਨਿਕਲ ਜਾਣਾ ਮਰਦਾ ਮਰ ਜਾਵਾਂ ਯਾਨੀ ਕਿ ਮੈਂ ਇਸ ਕੋੜ ਤੋਂ ਮੁਕਤ ਹੋਣਾ ਜਿਹਨੇ ਮੇਰਾ ਘਰ ਖਤਮ ਕਰ ਦਿੱਤਾ ਅਤੇ ਚਲੋ ਇਸ ਤਰ੍ਹਾਂ ਹੁਣ ਜਿਹੜਾ ਤੁਹਾਡਾ ਸੀਗਾ ਗਾਣੇ ਦੇ ਸਾਨੂੰ ਕਿਉਂਕਿ ਸਾਨੂੰ ਤਾਂ ਹੁਣ ਤੁਸੀਂ ਪਤਾ ਲੱਗਿਆ ਤੁਹਾਡਾ ਜਿਹੜਾ ਪਿਛਲਾ ਬੈਕਗਰਾਊਂਡ ਜਿਹੜੀ ਲਾਈਫ ਸੀਗੀ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਸੀਗੀ ਇਸ ਤਰ੍ਹਾਂ ਵੀ ਹੁਣ ਤੁਸੀਂ ਦੱਸ ਵੀ ਦਿੱਤਾ ਆਪਣੇ ਦਰਸ਼ਕਾਂ ਨੂੰ ਅਤੇ ਮਤਲਬ ਹੁਣ ਜਿਸ ਗਾਣੇ ਕਰਕੇ ਅਸੀਂ ਆਏ ਸੀਗੇ ਉਹਦੇ ਮਾਂ ਦੀ ਲਾਡਲੀਏ ਜਿਹਦੇ ਕਰਕੇ ਤੁਸੀਂ ਇਹ ਇੱਕ ਮਿਸਾਲ ਬਣ ਗਏ ਤੁਸੀਂ ਅਤੇ ਉਹਦੇ ਦੋ ਬੋਲ ਸਾਡੇ ਦਰਸ਼ਕਾਂ ਜ਼ਰੂਰ ਦੱਸੋ ਉਹ ਭਾਅ ਜੀ ਮੈਂ ਬੋਲ ਵੀ ਤੁਹਾਨੂੰ ਸੁਣਾਉਣਾ ਉਹ ਗੱਲ ਇੱਦਾਂ ਵੀ ਉਹ ਵੀ ਇੱਕ ਨਸ਼ੇ ਦੇ ਕੋੜ ਆਂਗੇ ਦੂਜਾ ਕੋੜ ਆ ਸਮਾਜ ਹੈ ਨਾ ਠੀਕ ਹੈ ਜਿੱਦਾਂ ਮੈਂ ਸਭ ਤੋਂ ਜ਼ਿਆਦਾ ਮੈਂ ਉਨੇ ਲੋਕ ਡਿਸਟ੍ਰਿਕਟ ਘੁੰਮੇ ਨਹੀਂ ਜਿੰਨੇ ਮੈਂ ਹੋਸਪਿਟਲ ਘੁੰਮੇ ਹੋ ਨਸ਼ੇ 'ਚ ਜਦੋਂ ਮੈਂ ਕਿਸੇ ਵੀ ਡਿਸਟ੍ਰਿਕਟ ਹੋਸਪਿਟਲ ਜਾਂਦਾ ਉੱਥੇ ਕੋਈ ਕਾਲੇ ਪੀੜੀਏ ਦੀ ਦਵਾ ਖਾਂਦਾ ਕੋਈ ਐੱਚ ਆਈ ਵੀ ਦੀ ਕੋਈ ਏਡਜ਼ ਦੀ ਅਤੇ ਸਭ ਤੋਂ ਜ਼ਿਆਦਾ ਮੈਂ ਦੁੱਖ ਦੇਖਦਾ ਵੀ ਜਿਹੜੀਆਂ ਜਿਨ੍ਹਾਂ ਲੇਡੀਜ਼ ਦੇ ਕੁੜੀਆਂ ਹੁੰਦੀਆਂ ਧੀਆਂ ਜੰਮਦੀਆਂ ਉਹਨਾਂ ਨੂੰ ਲੋਕ ਕੁੱਟਦੇ ਹੋਸਪਿਟਲਾਂ 'ਚ ਉਹਨਾਂ ਨੂੰ ਰੋਟੀ ਪਾਣੀ ਨਹੀਂ ਦਿੰਦਾ ਉਹਨਾਂ ਨੂੰ ਕੋਈ ਡਿਸਚਾਰਜ ਕਰਾਉਣ ਨਹੀਂ ਆਉਂਦਾ ਉਹਨਾਂ ਦਾ ਆਪਰੇਸ਼ਨ ਹੋ ਜਾਂਦਾ ਟੀਕੇ ਲੱਗੇ ਹੁੰਦੇ ਕੋਈ ਜਾਣ ਕੇ ਉਹਨਾਂ ਦੀ ਬਾਤ ਨਹੀਂ ਪੁੱਛਦਾ ਕਿਸੇ ਦੇ ਮੁੰਡਾ ਜੰਮ ਜਵੇ ਢੋਲ ਵੱਜਦੇ ਫਿਰ ਇੱਕ ਉਹਨਾਂ ਮਾਵਾਂ ਲਈ ਜਾਣੀ ਕਿ ਉਹਨਾਂ ਧੀਆਂ ਲਈ ਗਾਣਾ ਲਿਖਿਆ ਸੀ ਵੀ ਉੱਥੋਂ ਕਈ ਮੈਂ ਦੇਖਿਆ ਲਿਫਾਫਿਆਂ 'ਚ ਜਿੱਦਾਂ ਧੀਆਂ ਹੀ ਜਾਂਦੀਆਂ ਮੇਰੇ ਹਿਸਾਬ ਨਾਲ ਤਾਂ ਮਰੀਆਂ ਵੀ ਉਹਨਾਂ ਨੂੰ ਮਾਰ ਵੀ ਦਿੰਦੇ ਮੈਂ ਇਹ ਚੀਜ਼ਾਂ ਵੀ ਮਹਿਸੂਸ ਕੀਤੀਆਂ ਸਿਵਲ ਹੋਸਪਿਟਲਾਂ 'ਚ ਬਹੁਤ ਉਹ ਧੀਆਂ 'ਤੇ ਗੀਤ ਲਿਖਿਆ ਸੀ ਬਈ ਉਹ ਸੱਚੇ ਰੱਬ ਨੇ ਮਿਹਰ ਕਰੀਏ ਹਾਏ ਗੋਦ ਸੁੱਖਾਂ ਸੁੱਖ ਹੋਈ ਖਰੀਏ ਨਿਯਮੜੀ ਤੇਰੀ ਦੇ ਪੈਰ ਚੁੰਮਾਂ ਮੈਂ ਨਿਯਮੜੀ ਤੇਰੀ ਦੇ ਪੈਰ ਚੁੰਮਾਂ ਮੈਂ ਧੀਏ ਤੈਨੂੰ ਦੇਖ ਦੇਖ ਨਾ ਥੱਕਾ ਨੀ ਮਾਂ ਦੀਏ ਲਾਡਲੀਏ ਆ ਗੋਦੀ ਤੈਨੂੰ ਚੱਕਾ ਨੀ ਮਾਂ ਦੀਏ ਲਾਡਲੀਏ ਆ ਗੋਦੀ ਤੈਨੂੰ ਚੱਕਾ ਨੀ ਧੀਏ ਰਾਹਣੀਏ ਅਤੇ ਫਿਰ ਲਿਖਦੇ ਵੀ ਆਪ ਹੀ ਹੋ ਤੁਸੀਂ ਹਾਂਜੀ ਭਾਅ ਜੀ ਮਹਾਰਾਜ ਮਿਊਜ਼ਿਕ ਕੰਪੋਜੀਸ਼ਨ ਭਾਅ ਜੀ ਜਿੱਦਾਂ ਆਪੇ ਤਿਆਰ ਹੋ ਜਾਂਦੀ ਹੈ ਮਨ 'ਚ ਜੀ ਇਹਦੀ ਸਟੱਡੀ ਮੈਂ ਕੀਤੀ ਹੈ ਬਾਕੀ ਮਿਊਜ਼ਿਕ ਤਾਂ ਲੈਣਾ ਹੀ ਪੈਂਦਾ ਕਿਸੇ ਨਾ ਕਿਸੇ ਕਿਉਂਕਿ ਅਤੇ ਕੁਛ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਸੁਨੇਹਾ ਬਸ ਮੇਰੇ ਪਤਾ ਕੀ ਗੱਲ ਹੈ ਭਾਅ ਜੀ ਜਿਹੜੀ ਤੁਹਾਡੀ ਹੁਣ ਜਿਹੜੀ ਲਾਈਫ ਹੈ ਲਾਈਫ ਬਹੁਤ ਵਧੀਆ ਮਤਲਬ ਜਿਹੜੀ ਪੁਰਾਣੀ ਲਾਈਫ ਸੀਗੀ ਪੁਰਾਣੀ ਤੋਂ ਤੁਸੀਂ ਚੇਂਜ ਹੋਏ ਉਹਦੇ ਰਿਕਾਰਡਿੰਗ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਸੁਣ ਰਹੇ ਆ ਦੇਖ ਰਹੇ ਆ ਠੀਕ ਹੈ ਅਤੇ ਸਾਡੇ ਚੈਨਲ ਰਾਹੀਂ ਉਹਨਾਂ ਕੋਈ ਸੁਨੇਹਾ ਦਿਓ ਮੈਂ ਤਾਂ ਭਾਅ ਜੀ ਧੰਨਵਾਦ ਕਰਦਾ ਤੁਹਾਡੇ ਸਾਰੇ ਚੈਨਲ ਦੀ ਟੀਮ ਦਾ ਜੀਆਂ ਨੂੰ ਮੈਂ ਇੰਟਰਵਿਊ ਕੀਤੀ ਤਾਂ ਆ ਦਿਲੋਂ ਜਾਣੀ ਕਿ ਮੇਰੇ ਧੌਰਨਦਰੋਂ ਰੂਹ 'ਚ ਆਵਾਜ਼ ਆਉਂਦੀ ਸੀ ਬਈ ਮੈਂ ਤਾਂ ਯੂਥ ਜਿਹੜੀ ਅੱਜ ਕੱਲ੍ਹ ਸਭ ਤੋਂ ਜਾਣੀ ਕਿ ਘਰ ਘਰ ਦੀ ਬਿਮਾਰੀ ਬਣ ਗਈ ਘਰ ਘਰ ਇਹ ਕੋੜ ਪੁੱਜਿਆ ਕਿਸੇ ਦਾ ਕੋਈ ਭੰਗੀ ਆ ਕਿਸੇ ਦਾ ਕੋਈ ਸ਼ਰਾਬੀ ਆ ਕਿਸੇ ਦਾ ਡਡਈ ਆ ਕਿਸੇ ਦਾ ਚਿੱਟਾ ਪੀਂਦਾ ਮੈਂ ਤਾਂ ਉਹਨਾਂ ਸਾਰਿਆਂ ਵੀਰਾਂ ਨੂੰ ਭਰਾਵਾਂ ਨੂੰ ਆਪਣੇ ਬਜ਼ੁਰਗਾਂ ਨੂੰ ਜਿਹੜੇ ਵੀ ਚਾਚੇ ਤਾਇਆਂ ਵਰਗੇ ਕੋਈ ਸ਼ਰਾਬਾਂ ਪੀਂਦੇ ਆ ਜਾਂ ਕੁਛ ਵੀ ਖਾਂਦੇ ਪੀਂਦੇ ਮੈਂ ਉਹਨਾਂ ਸਾਰਿਆਂ ਨੂੰ ਦੱਸਦਾ ਸਾਰਿਆਂ ਨੂੰ ਕਹਿਣਾ ਵੀ ਉਹਨਾਂ ਦੀ ਰਿਕੁਐਸਟ ਵੀ ਕਰਦਾ ਵੀ ਨਸ਼ੇ ਨਸ਼ੇ ਦੇ ਕੋੜ 'ਚੋਂ ਨਿਕਲ ਕੇ ਫੁੱਟਬਾਲ ਸਟਾਰ ਵੀ ਪੀਂਦੇ ਆ ਬਣ ਸਕਦੇ ਆ ਕਲਾਕਾਰ ਵੀ ਪੀਂਦੇ ਆ ਬਣ ਸਕਦੇ ਆ ਇੱਕ ਬਾਪ ਵੀ ਬਣ ਸਕਦੇ ਆ ਇੱਕ ਪੁੱਤ ਦਾ ਡੈਡੀ ਵੀ ਬਣ ਸਕਦੇ ਆ ਇੱਕ ਚੰਗਾ ਹਸਬੈਂਡ ਚੰਗਾ ਭਰਾ ਚੰਗਾ ਪੁੱਤ ਵੀ ਬਣ ਸਕਦੇ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਨਿਕਲਿਆ ਜਾ ਸਕਦਾ ਇਸ ਕੋੜ 'ਚੋਂ ਇਸ ਦਲਦਲ 'ਚੋਂ ਅਤੇ ਤੁਸੀਂ ਚੈਨਲ 'ਤੇ ਆਏ ਆਪਣਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਸ਼ੁਕਰੀਆ ਭਾਅ ਜੀ, ਬਹੁਤ ਬਹੁਤ ਸ਼ੁਕਰੀਆ। ਅਰਦਾਸ ਅਰਜੋਈ ਆ ਪਰਮਾਤਮਾ ਅੱਗੇ ਵੀ ਕਿਸੇ ਦਾ ਪੁੱਤ ਨਸ਼ੇੜੀ ਨਾ ਬਣੇ, ਕਿਸੇ ਦਾ ਭੰਗੀ ਨਾ ਡਡੇਈ ਨਾ ਬਣੇ। ਵੀ ਘਰ ਘਰ ਤੁਹਾਡੀ ਇੰਟਰਵਿਊ, ਇਹ ਤੁਹਾਡਾ ਇਹ ਤੁਹਾਡੀ ਜਿਹੜੀ ਤੁਸੀਂ ਅੱਜ ਦੀ ਇੰਟਰਵਿਊ ਕੀਤੀ ਹੈ, ਘਰ ਘਰ ਚੱਲ ਜਾਵੇ ਅਤੇ ਘਰ ਘਰ ਲੋਕ ਕਲੀਨ ਹੋ ਜਾਣ, ਰਿਕਵਰ ਹੋ ਜਾਣ, ਨਸ਼ਾ ਮੁਕਤ ਪੰਜਾਬ ਹੋ ਜਾਵੇ, ਨਸ਼ਾ ਮੁਕਤ ਸਮਾਜ, ਹਿੰਦੁਸਤਾਨ, ਸਾਰੀ ਦੁਨੀਆ ਹੋ ਜਾਵੇ ਨਸ਼ਾ ਮੁਕਤ। ਦੋਸਤੋ, ਤੁਹਾਨੂੰ ਅੱਜ ਦੀ ਇੰਟਰਵਿਊ ਕਿਹੋ ਜਿਹੀ ਲੱਗੀ ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ, ਅਤੇ ਸਾਡੇ PB07 ਵਾਲੇ ਚੈਨਲ ਨਾਲ ਜੁੜੇ ਰਹੋ ਅਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਤੇ। ਧੰਨਵਾਦ ਜੀ।